ਕੀ ਨਾਮ ਤੁਹਾਡਾ? ਮੇਰਾ ਨਾਮ ਬਲਜੀਤ ਸਿੰਘ ਹੈ ਜੀ। ਬਲਜੀਤ ਸਿੰਘ ਜੀ, ਕੀ ਗੱਲਬਾਤ ਹੋਈ ਹੈ? ਬਸ ਅਸੀਂ ਤਾਂ ਅੱਜ ਮੈਂ ਆਪਣੇ ਬ੍ਰਦਰ ਨਾਲ ਮਦਰ ਨਾਲ ਚੰਡੀਗੜ੍ਹ ਗਏ ਹੋਏ ਸੀਗੇ ਅਸੀਂ ਸੁਬਹਾ 8:30 ਵਜੇ, ਔਰ ਪਿੱਛੋਂ ਸਾਨੂੰ ਫੋਨ ਆਇਆ ਕੋਈ 3:30 ਵਜੇ, ਅਤੇ ਪਿੱਛੋਂ ਇਹਨਾਂ ਨੇ ਦੱਸਿਆ ਕਿ ਘਰ ਦੇ ਵਿੱਚ ਲੁੱਟ ਦੀ ਵਾਰਦਾਤ ਹੋ ਗਈ ਹੈ, ਵੀ ਨਕਦੀ ਵੀ ਲੈ ਗਏ, ਕੈਸ਼ ਅਤੇ ਸੋਨਾ ਸੋਨਾ ਲੁੱਟ ਕੇ ਲੈ ਗਿਆ। ਤਿੰਨ ਜਾਣੇ ਸੀਗੇ ਜੀ, ਮੋਟਰਸਾਈਕਲ 'ਤੇ ਆਏ ਸੀਗੇ, ਗਨ ਉਹਨਾਂ ਕੋਲ ਸੀ, ਪਿਸਤੌਲ ਸੀਗਾ, ਚਾਕੂ ਸੀਗੇ। ਉਹਨਾਂ ਨੇ ਡਰਾ ਕੇ ਇਹਨਾਂ ਨੂੰ ਕਿ ਜਵਾਕਾਂ ਨੂੰ ਮਾਰ ਦਾਂਗੇ, ਤੁਹਾਨੂੰ ਮਾਰ ਦਾਂਗੇ, ਸਾਰਾ ਸਮਾਨ ਦੇ ਦਿਉ ਨਹੀਂ ਤਾਂ ਮਾਰ ਦਾਂਗੇ ਇਹਨਾਂ ਨੂੰ, ਪੂਰਾ ਡਰਾ ਕੇ ਇਹਨਾਂ ਨੂੰ ਖਿੱਚਾ ਤੂ ਇਹਨਾਂ ਦੀ ਕਰਕੇ ਅਤੇ ਸਮਾਨ ਉਹ ਲੈ ਗਏ। ਘਰ ਮੇਰੀ ਵਾਈਫ ਸੀਗੀ ਔਰ ਮੇਰੀ ਭਰਜਾਈ ਸੀਗੀ ਅਤੇ ਮੇਰੇ ਦੋ ਛੋਟੇ ਬੇਟੇ ਹੈਗੇ ਜੀ, ਉਹ ਸੀਗੇ। ਸਮਾਨ 2.5 ਲੱਖ ਤਾਂ ਤੁਸੀਂ ਨੇ ਕਹੇ ਸੀਗੇ ਅੰਦਾਜ਼ਾ, ਅਤੇ ਸੋਹਣਾ ਸੀਗਾ ਜੀ, 25 ਤੋਲੇ ਦੇ ਨੇੜੇ ਤੇੜੇ। ਆ ਰਹੀਆਂ ਜੀ ਗਲੀ ਦੇ ਵਿੱਚ ਲੱਗੇ ਹੋਏ ਕੈਮਰੇ, ਪਰ ਉਹਨਾਂ ਦੇ ਮੂੰਹ ਬੰਨੇ ਹੋਏ ਆ। ਤਿੰਨ ਬੰਦੇ ਆ ਰਹੇ ਆ, ਇੱਧਰੋਂ ਆਏ ਸੀਗੇ, ਉਹ ਬਾਗੀ ਰੋਡ ਵੱਲੋਂ ਆਏ ਸੀ, ਇੱਧਰ ਨੂੰ ਗਏ ਆ ਡਾਕਟਰ ਪ੍ਰਦੀਪ ਵਾਲੀ ਗਲੀ ਵੱਲ। ਬਸ ਜੀ ਇਹਨਾਂ ਨੂੰ ਛੇਤੀ ਤੋਂ ਛੇਤੀ ਫੜਨਾ ਚਾਹੀਦਾ ਪੁਲਿਸ ਨੂੰ, ਔਰ ਸਾਡਾ ਜਿਹੜਾ ਸਮਾਨ ਹੈਗਾ ਵਾਪਸ ਦਵਾਇਆ ਜਾਵੇ ਜੀ। ਪੁਲਿਸ ਮੁਲਾਜ਼ਮ ਦਾ ਘਰ ਆਈ, ਮੇਰਾ ਬ੍ਰਦਰ ਵੱਡਾ ਪੰਜਾਬ ਪੁਲਿਸ ASI ਹੈ। ਮੇਰਾ ਨਾਮ ਬਲਜੀਤ ਸਿੰਘ ਹੈ ਜੀ। ਬੱਚੇ ਆਏ ਆ 2:30 ਵਜੇ, ਅਤੇ ਦਰਾਣੀ ਮੇਰੀ ਵੀ ਆਉਂਦੀ ਆ, 2:45 ਵਜੇ ਆਈ ਆ, ਅਤੇ ਮਤਲਬ ਉਹਨਾਂ ਨੇ ਗੇਟ ਖੋਲ੍ਹ ਕੇ ਅੰਦਰ ਕੁੰਡੀ ਲੱਗੀ ਹੋਈ ਸਾਡੀ, ਅਤੇ ਬੇਟਾ ਸੀ ਇੱਕ ਘਰ, ਉਹਨੂੰ ਕਹਿੰਦੇ ਕਿ ਭਾਜੀ ਹੈਗੇ ਘਰ, ਉਹਨੇ ਹਲਕੀ ਜਿਹੀ ਕੁੰਡੀ ਮਾੜੀ ਜਿਹੀ ਸ਼ੁਰੂ ਕੀਤੀ ਅਤੇ ਉਹਨਾਂ ਨੇ ਧੱਕੇ ਨਾਲ ਮਤਲਬ ਖੋਲ੍ਹ ਲਿਆ ਬੂਹਾ, ਅਤੇ ਅੰਦਰ ਆ ਕੇ ਗਨ ਸੀ ਉਹਨਾਂ ਕੋਲ, ਪਿਸਤੌਲ ਸੀ ਅਤੇ ਇੱਕ ਚਾਕੂ ਸੀ ਉਹਨਾਂ ਕੋਲ। ਕਿੰਨੇ ਜਣੇ ਸੀ? 3 ਜਣੇ ਸੀ। 2.5 ਲੱਖ ਦੇ ਕਰੀਬ ਸੀ ਨਗਦ, ਅਤੇ 25-30 ਤੋਲੇ ਸੋਨਾ ਸੀ। ਘਰ ਹੀ ਸੀ ਅਸੀਂ, ਸਾਡੇ ਤੋਂ ਖੁਦ ਮਤਲਬ ਕਿ ਗਨ 'ਤੇ ਰੱਖੀ ਉਹਨਾਂ ਨੇ ਕਿ ਖੋਲ੍ਹ ਕੇ ਦਿਓ ਸਾਨੂੰ, ਫਿਰ ਚਾਬੀਆਂ ਲਾ ਕੇ ਅਸੀਂ ਖੋਲ੍ਹਿਆ। ਮੋਟਰਸਾਈਕਲ 'ਤੇ ਸੀ। ਅੰਦਾਜ਼ਾ ਕਿੰਨਾ ਕੁ ਨੁਕਸਾਨ? 25-30 ਤੋਲੇ ਸੋਨੇ ਆ ਅਤੇ 2.5 ਲੱਖ ਹੋਣਾ ਜੀ। ਹਾਂਜੀ, ਦਰਾਣੀ ਮੇਰੀ ਦਾ ਬ੍ਰਦਰ ਆ, ਉਹਨੂੰ ਕੀਤਾ ਫੋਨ, ਹੈ ਨਹੀਂ ਸੀ ਨੇੜੇ, ਦੂਰ ਗਏ ਹੋਏ ਸੀਗੇ ਬਾਹਰ, ਅਤੇ ਸਾਨੂੰ ਫੋਨ ਆਈ, ਫਿਰ ਪੁਲਿਸ ਵਾਲਿਆਂ ਨੇ ਘੰਟੇ ਆਏ ਤਾਂ ਕਾਫੀ ਟਾਈਮ ਬਾਅਦ ਆ ਵੈਸੇ, ਅਤੇ ਫਿਰ ਆਂਢ ਗੁਆਂਢ ਦੱਸਿਆ ਸੀ, ਬਾਕੀ ਅਸੀਂ ਫੋਨ ਕੀਤਾ, ਫਿਰ ਆ ਗਏ ਰਿਸ਼ਤੇਦਾਰ ਵੀ। ਇਹ ਬਾਬਾ ਨਿਕਲੇਵ ਜੀ, ਬਾਬਾ ਰਾਮ ਲਾਲ ਦੇ ਪੁੱਤਰ ਇਹਦੇ ਕੋਲ। ਮੰਗ ਇਹੀ ਹੈ ਜੀ, ਉਹਨਾਂ ਨੂੰ ਫੜਿਆ ਜਾਵੇ ਸਾਡਾ ਸਮਾਨ ਵਾਪਸ। ਨਰਿੰਦਰਜੀਤ ਕੌਰ। ਭਾਜੀ ਜਿਹੜੀ ਚੋਰੀ ਹੋਈ ਆ, ਕੀ ਆ ਪੂਰਾ ਮਾਮਲਾ? ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਵੀ ਇੱਕ ਵਾਰਦਾਤ ਹੋ ਗਈ ਹੈ, ਜਿਹੜੀ ਬਾਬਾ ਇਨਕਲੇਵ ਬਲਬੀਰ ਸਿੰਘ ਸਾਨੂੰ, ਗੁਰਜੀਤ ਸਿੰਘ ਸਾਨੂੰ ਬਲਬੀਰ ਸਿੰਘ ਦੇ ਘਰ, ਅਸੀਂ ਹੁਣ ਇੱਥੇ ਆਏ ਹਾਂ, ਤਫਤੀਸ਼ ਕਰ ਰਹੇ ਹਾਂ, ਜਿਸ ਤਰ੍ਹਾਂ ਦੀ ਸੂਰਤ ਹੋ ਗਈ ਉਸ ਤਰ੍ਹਾਂ ਦਾ ਪਰਚਾ ਦਰਜ ਕਰਤੀ ਹੈ। ਕਿੰਨੇ ਕੁ ਲੋਕ ਆਏ ਸੀ? 3 ਜਣੇ ਆਏ ਸੀਗੇ, ਜਿਹੜੀ ਹੁਣ ਤੱਕ ਸਾਨੂੰ ਤਫਤੀਸ਼ 'ਚ ਪਤਾ ਲੱਗਿਆ, ਵੀਡੀਓ ਅਸੀਂ ਲੈ ਲਏ ਹੈ, ਕਲਿਪਸ ਲੈ ਲਏ ਆ, ਅਤੇ ਤਫਤੀਸ਼ ਕਰ ਰਹੇ ਹਾਂ। ਇਹ ਹਜੇ ਤਫਤੀਸ਼ ਚੱਲ ਰਹੀ ਹੈ। ਬਲੈਕ ਰੰਗ ਦਾ ਮੋਟਰਸਾਈਕਲ ਸੀਗਾ ਜਿਹਦੇ 'ਤੇ 3 ਬੰਦੇ ਬੈਠ ਕੇ ਆਏ ਸੀਗੇ।